केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਜਿਹੜੇ ਨੇ ਉਹਨਾਂ ਦੀਆਂ ਜਾਨਾਂ ਇਸ ਦੇਸ਼ ਦੇ ਉੱਪਰੋਂ ਵਾਰੀਆਂ ਗਈਆਂ ਅਤੇ ਫਿਰ ਇਹ ਜਿਹੜੀ ਆ ਆਜ਼ਾਦੀ ਸਾਨੂੰ ਨਸੀਬ ਹੋਈ। ਪਰ ਦੁੱਖ ਦੀ ਗੱਲ ਆ ਕਿ ਜਿਹੜੇ ਅੰਗਰੇਜ਼ਾਂ ਨੂੰ ਅਸੀਂ ਇੱਥੋਂ ਇੰਨੀਆਂ ਕੁਰਬਾਨੀਆਂ ਦੇ ਕੇ ਇੰਨੇ ਧੱਕੇ ਮਾਰ ਕੇ ਇੱਥੋਂ ਉਹਨਾਂ ਨੂੰ ਕੱਢਿਆ, ਇੰਨੀ ਜਦੋਜਹਿਦ ਕੀਤੀ, ਅੱਜ ਅਸੀਂ ਦੁਬਾਰਾ ਤੋਂ ਉਹਨਾਂ ਹੀ ਵਿਦੇਸ਼ੀ ਮੁਲਕਾਂ ਦੇ ਵਿੱਚ ਆ ਕੇ ਉਹਨਾਂ ਹੀ ਲੋਕਾਂ ਦੇ ਗੁਲਾਮ ਹੋ ਰਹੇ ਹਾਂ। ਪੜ੍ਹਾਈ ਇੱਥੇ ਕਰਦੇ ਹਾਂ ਅਤੇ ਉਦੋਂ ਬਾਅਦ ਸਾਡਾ ਜਿਹੜਾ ਵਸੇਬਾ ਉਹੀ ਚਾਹੁੰਦੇ ਹਾਂ ਕਿ ਸਾਡਾ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੇ ਵਿੱਚ ਹੋ ਜਾਵੇ। ਇਹ ਜਿਹੜੀ ਬਿਰਤ ਪਿਛਲੇ ਕਰੀਬ ਮੇਰੇ ਖਿਆਲ 10-12 ਸਾਲ ਤੋਂ ਸਟਾਰਟ ਹੋਈ ਆ, ਇਹ ਬਹੁਤ ਹੀ ਘਾਤਕ ਆ ਸਾਡੇ ਦੇਸ਼ ਵਾਸਤੇ, ਸਾਡੇ ਸਮਾਜ ਵਾਸਤੇ। ਕਿਉਂਕਿ ਜਦੋਂ ਵੀ ਗੁਲਾਮੀ ਆਈ ਆ ਕਿਸੇ ਵੀ ਦੇਸ਼ 'ਤੇ, ਉਹ ਸਿਰਫ ਸਮਾਜ ਦੀਆਂ ਜਿਹੜੀਆਂ ਕਿਰੇ ਦੇ ਲਹਿਰਾਇਆ ਗਿਆ ਔਰ ਇਹ ਤਿਰੰਗਾ ਲਹਿਰਾਇਆ ਔਰ ਸਾਡੇ ਦੇਸ਼ ਦਾ ਵੰਦੇ ਮਾਤਰਮ ਦਾ ਗਾਣਾ ਚੱਲਿਆ ਔਰ ਜੈ ਭਾਰਤ ਦਾ ਨਾਰਾ ਲੱਗਿਆ। ਉਹ ਤੋਂ ਲੈ ਕੇ ਅੱਜ ਤੱਕ 15 ਅਗਸਤ ਦੀ ਆਜ਼ਾਦੀ ਦਾ ਦਿਵਸ ਹਰ ਇੰਸਟੀਚਿਊਟ ਦੇ ਵਿੱਚ ਹਰ ਉਹ ਦੇਸ਼ ਪ੍ਰੇਮੀ ਲੋਕ ਜਿਨ੍ਹਾਂ ਨੂੰ ਆਪਣੇ ਦੇਸ਼ ਨਾਲ ਪਿਆਰ ਹੈ, ਲੱਖ ਦੁਸ਼ਵਾਰੀਆਂ ਹੋਣ, ਭਾਵੇਂ ਸਾਡੇ ਜੋ ਸਾਡੇ ਭਗਤਾਂ ਨੇ ਸੋ ਸ਼ਹੀਦਾਂ ਨੇ ਆਪਣੇ ਸੁਪਨੇ ਸੱਜੇ ਸੀ, ਭਾਵੇਂ ਉਹ ਪੂਰੇ ਨਹੀਂ ਹੋਏ, ਪਰੰਤੂ ਫਿਰ ਵੀ ਸਾਡੇ ਅੰਦਰ ਇੱਕ ਆਜ਼ਾਦੀ ਦਾ ਆਵਾਜ਼ ਹੈ ਜੋ ਸਾਨੂੰ ਖਿੱਚਦਾ ਕਿ ਅੱਜ ਅਸੀਂ ਆਜ਼ਾਦ ਹੈ। ਅਜੇ ਹੋਰ ਕੁਛ ਕਰਨਾ ਬਾਕੀ ਹੈ। ਆਜ਼ਾਦੀ ਨੂੰ ਕਰਪਸ਼ਨ ਦਾ ਘੁਲ ਲੱਗਿਆ, ਬੇਈਮਾਨੀ ਦਾ ਘੁਲ ਲੱਗਿਆ ਔਰ ਇਸ ਬੇਈਮਾਨੀ ਨੇ, ਇਸ ਕਰਪਸ਼ਨ ਨੇ, ਇਸ ਭ੍ਰਿਸ਼ਟਾਚਾਰ ਨੇ ਸਾਡੇ ਦੇਸ਼ ਨੂੰ ਕੋਕਲਾ ਕੀਤਾ ਤਾਂ ਉਹਦੇ ਵਾਸਤੇ ਵੀ ਦੇਸ਼ ਨਵੀਂ ਗੜਾਈ ਲੈ ਰਿਹਾ। ਆਹ ਨਵਾਂ ਵਰਗ ਹੈ, ਤੁਸੀਂ ਨਵੇਂ ਬੱਚੇ ਹੋ। ਅੱਜ ਤਾਂ ਬੱਚਾ ਮਹਿਸੂਸ ਕਰਦਾ ਕਿ ਰਿਸ਼ਵਤ ਨਹੀਂ ਹੋਣੀ ਚਾਹੀਦੀ, ਬੇਈਮਾਨੀ ਨਹੀਂ ਹੋਣੀ ਚਾਹੀਦੀ ਔਰ ਇਨਸਾਫ ਹੋਣਾ ਚਾਹੀਦਾ। ਅੱਜ ਸੋਸ਼ਲ ਮੀਡੀਆ 'ਤੇ ਬੱਚੇ ਇੱਕ ਦੂਜੇ ਅਟੈਕ ਕਰਦੇ ਆ, ਇੱਕ ਦੂਜੇ ਵਿਚਾਰ ਸਾਂਝੇ ਕਰਦੇ ਆ ਔਰ ਦੇਸ਼ ਭਗਤ ਲੋਕ ਫਿਰ ਆਵਾਜ਼ ਦਿੰਦੇ ਆ, ਉੱਠਿਓ, ਆਓ ਉੱਠੋ, ਇੱਕ ਇਮਾਨਦਾਰ ਦੇਸ਼ ਨੂੰ ਬਿਲਡਅਪ ਕਰਨ ਵਾਸਤੇ ਆਪਣਾ ਯੋਗਦਾਨ ਪਾਓ। ਦੇਸ਼ ਨੂੰ ਭੱਜ ਜਾਣਾ, ਬਾਹਰ ਚਲੇ ਜਾਣਾ, ਇਹ ਕੋਈ ਸੂਰਬੀਰਤਾ ਨਹੀਂ। ਦੇਸ਼ ਦੀਆਂ ਵਿੱਚ ਰਹਿ ਕੇ, ਇਹਨਾਂ ਦੀ ਮੁਸ਼ਕਲ ਹਾਲਤਾਂ ਵਿੱਚ ਰਹਿ ਕੇ ਫਾਈਟ ਕਰਨਾ, ਇਹ ਦੇਸ਼ ਵਾਸਤੇ ਲੜਨਾ ਸੂਰਬੀਰਤਾ ਹੈ। ਕੁਝ ਗੋਰੀਆਂ ਹੋ ਸਕਦੀਆਂ ਪਰ ਦੇਸ਼ ਦੀ ਆਜ਼ਾਦੀ ਨੂੰ ਅਦੂਲਿਆ ਨਹੀਂ ਜਾ ਸਕਦਾ, ਇਸ ਨੂੰ ਅਜਾਈ ਨਹੀਂ ਕਿਹਾ ਜਾ ਸਕਦਾ। ਦੇਸ਼ ਦਾ ਨੌਜਵਾਨ ਕੋਸ਼ਿਸ਼ ਕਰੇਗਾ ਤਾਂ ਸਾਡਾ ਦੇਸ਼ ਮਹਾਨ ਹੈ, ਮਹਾਨ ਸੀ ਔਰ ਮਹਾਨ ਰਹੇਗਾ, ਇਹ ਰਹੇਗਾ।
ਦੇਸ਼ਾਂ ਦਾ ਜਿੰਨਾ ਚਿਰ ਤੁਹਾਡੇ ਵਿੱਚ ਜਜ਼ਬਾ ਰਹੇਗਾ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।